ਸਵਾ ਕੁ ਦਸ ਸਾਢੇ ਦਸ ਸਾਢੇ ਦਸ ਦਸ ਪੈਂਤੀ 'ਤੇ ਮੈਂ ਚਮਚਮ ਮਿਠਾਈ ਜਿਹੜੀ ਆ ਉਹ ਖੋਲ੍ਹੀ ਹੈ, ਕਿਉਂਕਿ ਲੱਡੂ ਤਾਂ ਮੈਂ ਇਹਨੂੰ ਰਸਤੇ 'ਚ ਹੀ ਦੇ ਦਿੱਤੇ ਸੀ। ਚਮਚਮ ਖੋਲ੍ਹੀ ਅਤੇ ਚਮਚਮ ਸਾਰੀ ਫੰਗਸ ਨਾਲ ਭਰੀ, ਇੱਕ ਪੀਸ, ਦੂਸਰਾ, ਤੀਸਰਾ, ਚੌਥਾ, ਚਾਰੋਂ ਦੇ ਚਾਰੋਂ ਪੀਸ 'ਤੇ ਫੰਗਸ ਲੱਗੀ ਹੋਈ। ਇੱਕ ਹੋਰ ਮਸ਼ਹੂਰ ਸਵੀਟ ਸ਼ਾਪ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਦਰਅਸਲ ਇੱਕ ਗ੍ਰਾਹਕ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਵੱਲੋਂ ਇਸ ਸਵੀਟ ਸ਼ਾਪ ਤੋਂ ਚਮਚਮ ਅਤੇ ਲੱਡੂ ਖਰੀਦੇ ਗਏ ਸੀ, ਪਰ ਜਦੋਂ ਉਸ ਵੱਲੋਂ ਘਰ ਜਾ ਕੇ ਦੇਖਿਆ ਗਿਆ ਤਾਂ ਇਸ ਮਠਿਆਈ ਨੂੰ ਉੱਲੀ ਲੱਗੀ ਹੋਈ ਸੀ। ਜੀ ਹਾਂ, ਗ੍ਰਾਹਕ ਨੇ ਇਲਜ਼ਾਮ ਲਗਾਇਆ ਕਿ ਇਸ ਮਸ਼ਹੂਰ ਦੁਕਾਨ ਤੋਂ ਲਈ ਗਈ ਮਠਿਆਈ ਵਿੱਚ ਉੱਲੀ ਲੱਗੀ ਹੋਈ ਸੀ, ਜਿਸ ਤੋਂ ਬਾਅਦ ਗ੍ਰਾਹਕ ਮਹਿਲਾ ਵੱਲੋਂ ਇਸ ਦੁਕਾਨ 'ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਗਿਆ। ਉੱਧਰ ਦੂਜੇ ਪਾਸੇ ਦੁਕਾਨਦਾਰ ਮੀਡੀਆ ਦੇ ਸਵਾਲਾਂ ਤੋਂ ਬਚਦੇ ਵੀ ਨਾ ਸਰ ਆਏ। ਮਹਿਲਾ ਨੇ ਇਲਜ਼ਾਮ ਲਗਾਏ ਕਿ ਉਹਨਾਂ ਵੱਲੋਂ ਪੂਰੀ ਪੇਮੈਂਟ ਔਨਲਾਈਨ ਕੀਤੀ ਗਈ ਸੀ, ਬਕਾਇਦਾ ਬਿੱਲ ਲੈ ਗਏ ਸੀ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਬਿੱਲ ਬਦਲ ਕੇ ਦੇ ਦਿੱਤੇ ਗਏ। ਮੈਨੂੰ ਇਹ ਚੀਜ਼ਾਂ ਨਾ ਕਰੋ, ਮੈਂ ਕੰਪਲੇਂਟ ਵਾਪਿਸ ਨਹੀਂ ਲੈਣੀ, ਮੈਨੂੰ ਇਹਦਾ ਹੱਲ ਦੱਸੋ ਕੀ ਕਰਨਾ ਤੁਸੀਂ। ਅੰਮ੍ਰਿਤਸਰ ਦੇ ਲਾਰੈਂਸ ਰੋਡ ਦਾ ਇਹ ਪੂਰਾ ਵਾਕਿਆ ਹੈ, ਜਿੱਥੇ ਕਿ ਇੱਕ ਮਸ਼ਹੂਰ ਸਵੀਟ ਸ਼ਾਪ ਤੋਂ ਇਸ ਮਹਿਲਾ ਵੱਲੋਂ ਬੱਚੇ ਦੇ ਖਾਣ ਲਈ ਮਠਿਆਈ ਲਈ ਗਈ ਸੀ। ਮਹਿਲਾ ਦਾ ਕਹਿਣਾ ਹੈ ਕਿ ਉਸਨੇ ਦੁਕਾਨਦਾਰ ਕੋਲੋਂ ਮੋਤੀਚੂਰ ਦੇ ਲੱਡੂ ਲਏ ਸੀ ਅਤੇ ਚਮਚਮ ਲਈ ਸੀ, ਪਰ ਜਦੋਂ ਉਹਨਾਂ ਵੱਲੋਂ ਚਮਚਮ ਘਰ ਜਾ ਕੇ ਖੋਲ੍ਹੀ ਗਈ ਤਾਂ ਉਸ ਨੂੰ ਉੱਲੀ ਲੱਗੀ ਹੋਈ ਸੀ। ਹਾਲਾਂਕਿ ਉਹਨਾਂ ਵੱਲੋਂ ਇਸ ਦੁਕਾਨ ਤੋਂ ਇਸ ਭਰੋਸੇ 'ਤੇ ਮਿਠਾਈ ਲਈ ਗਈ ਸੀ ਕਿ ਇਹ ਸ਼ਹਿਰ ਦੀ ਇੱਕ ਨਾਮੀ ਦੁਕਾਨ ਹੈ, ਪਰ ਇਸ ਦੇ ਬਾਵਜੂਦ ਵੀ ਜਦੋਂ ਉਹਨਾਂ ਨੇ ਮਿਠਾਈ ਨੂੰ ਉੱਲੀ ਲੱਗੀ ਵੇਖੀ ਤਾਂ ਉਹਨਾਂ ਦੇ ਹੋਸ਼ ਉੜ ਗਏ। ਉਹਨਾਂ ਇਲਜ਼ਾਮ ਲਗਾਇਆ ਕਿ ਇਸ ਪੁਰਾਣੀ ਮਿਠਾਈ ਨਾਲ ਜਾਂ ਫਿਰ ਖਰਾਬ ਹੋਈ ਮਿਠਾਈ ਨਾਲ ਉਹਨਾਂ ਦੇ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਸੀ। ਸਰ, ਮੇਰਾ ਨਾਮ ਸੁਰਪ੍ਰੀਤ ਹੈ। ਮੈਂ ਕੱਲ੍ਹ ਸ਼ਾਮੀ ਕੁਛ 9:15 ਕਾਨਾ ਸਵੀਟਸ 'ਤੇ ਮਿਠਾਈ ਲੈਣ ਰੁਕੀ ਹਾਂ। ਮੇਰੀ ਬੇਟੀ ਨੇ ਡਿਮਾਂਡ ਕੀਤੀ ਕਿ ਉਹਨੇ ਲੱਡੂ ਖਾਣੇ, ਤੁਸੀਂ ਲਵ ਲੱਡੂ। ਮੈਂ ਵੀ ਇਹ ਜਗ੍ਹਾ ਰੈਪੂਟੇਟਿਡ ਹੈ, ਰੈਗੂਲਰ ਕਸਟਮਰ ਹਾਂ, ਮੈਂ ਆਈ ਹਾਂ ਬੇਟੀ ਦੇ ਨਾਲ। ਮੈਂ ਆ ਕੇ ਲੱਡੂ ਦੀ ਪੈਕਿੰਗ ਔਰ ਚਮਚਮ ਦੀ ਪੈਕਿੰਗ ਲਿੱਤੀ ਹੈ ਇਹਨਾਂ ਕੋਲੋਂ, ਐਂਡ ਜਦੋਂ ਮੈਂ ਲੈ ਕੇ ਚਲੇ ਗਈ ਹਾਂ, ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਹੈ ਔਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਨੂੰ। ਐਨੀ ਹਾਓ, ਬਟ ਓਬੀਅਸ ਉਸ ਵੇਲੇ ਬੰਦਾ ਨਹੀਂ ਦੇਖਦਾ, ਮੈਂ ਵੀ ਨਹੀਂ ਦੇਖੇ, ਮੈਂ ਘਰ ਗਈ ਰਸਤੇ 'ਚ। ਸ਼ੀ ਵਾਂਟਡ ਮੈਂ ਲੱਡੂ ਇਹਨੂੰ ਖੋਲ੍ਹ ਕੇ ਖਾਣ ਲਈ ਦੇ ਦਿੱਤੇ। ਘਰ ਜਾ ਕੇ ਅਸੀਂ ਡਿਨਰ ਕੀਤਾ ਕੁਛ ਟਾਈਮ, 10:15 ਸਾਢੇ ਦਸ ਸਾਢੇ ਦਸ ਦਸ ਪੈਂਤੀ 'ਤੇ ਮੈਂ ਚਮਚਮ ਮਿਠਾਈ ਜਿਹੜੀ ਆ ਉਹ ਖੋਲ੍ਹੀ ਹੈ, ਕਿਉਂਕਿ ਲੱਡੂ ਤਾਂ ਮੈਂ ਇਹਨੂੰ ਰਸਤੇ 'ਚ ਹੀ ਦੇ ਦਿੱਤੇ ਸੀ। ਚਮਚਮ ਖੋਲ੍ਹੀ ਅਤੇ ਚਮਚਮ ਸਾਰੀ ਫੰਗਸ ਨਾਲ ਭਰੀ, ਇੱਕ ਪੀਸ, ਦੂਸਰਾ, ਤੀਸਰਾ, ਚੌਥਾ, ਚਾਰੋਂ ਦੇ ਚਾਰੋਂ ਪੀਸ 'ਤੇ ਫੰਗਸ ਲੱਗੀ ਹੋਈ। ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼
ਬੰਦ ਕਰਕੇ ਫਰਿੱਜ 'ਚ ਲਗਾ ਕੇ ਇਹਨਾਂ ਦੇ ਓਨਰ ਨੂੰ ਕਾਲ ਕੀਤੀ, ਗੂਗਲ ਤੋਂ ਨੰਬਰ ਲੈ ਕੇ, ਦੇ ਡਿਡਨਟ ਪਿੱਕ ਅਪ ਦ ਕਾਲ, ਇਹਨਾਂ ਨੇ ਕਾਲ ਮੇਰੀ ਪਿੱਕ ਨਹੀਂ ਕੀਤੀ। ਐਨੀ ਹਾਓ ਆਈ ਫੀਲ ਲਾਈਕ ਕਿ ਮੈਂ ਸਵੇਰੇ ਇਸ ਗੱਲ, ਮੈਂ ਮੋਰਨਿੰਗ ਆਈ ਹਾਂ, ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆਹ ਲਓ ਆਪਣੇ ਅਮਾਊਂਟ 375 ਰੁਪਏ। ਜਦੋਂ ਇਹਨਾਂ ਨੇ ਉਹ ਦਿੱਤੀ, ਮੈਨੂੰ ਯਾਦ ਆਇਆ ਕਿ ਮੇਰੇ ਕੋਲ ਤਾਂ ਬਿੱਲਸ ਹੈਗੇ ਨੇ। ਇਹ ਕਹਿੰਦੇ ਬਿੱਲ ਹੈਗੇ, ਮੈਂ ਕਿਹਾ ਜੀ ਹੈਗੇ ਆ। ਬਿੱਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤਾਂ ਉਹਦੇ ਉੱਤੇ ਬਿੱਲ ਦੇ ਉੱਪਰ ਸਰ ਲੱਗਾ ਹੋਇਆ ਮਿਲਕ ਕੇਕ ਔਰ ਵਨ ਮੋਰ ਆਈਟਮ। ਬਿੱਲ ਜਿਹੜੀ ਚੀਜ਼ ਮੈਂ ਖਰੀਦ ਰਹੀ ਹਾਂ, ਬਿੱਲ ਤੁਸੀਂ ਉਹਦਾ ਦਿਓ, ਤੁਸੀਂ ਮੈਨੂੰ ਬਿੱਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ, ਟੈਗ ਤੁਸੀਂ ਕੁਛ ਹੋਰ ਕਰ ਰਹੇ ਹੋ। ਮੈਂ ਪੇ ਜੈਨੂਅਨ ਕਰ ਰਹੀ ਹਾਂ, ਮੈਂ ਤੁਹਾਡੇ ਕੋਲ ਕੋਈ ਡਿਸਕਾਊਂਟ ਥੋੜ੍ਹੀ ਲੈ ਰਹੀ ਹਾਂ। ਐਂਡ ਸੈਕਿੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ, ਪਰ ਮੈਂ ਸਿੰਗਲ ਮਦਰ ਹਾਂ, ਵਿਡੋ ਹਾਂ, ਮੇਰੇ ਕੋਲ ਮੇਰੀ ਸਾਰੀ ਜਾਇਦਾਦ, ਮੇਰਾ ਬੱਚਾ। ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਛ ਖਾਂਦਿਆਂ ਪ੍ਰੋਬਲਮ ਹੋ ਜਾਂਦੀ, ਕੌਣ ਜ਼ਿੰਮੇਵਾਰ? ਕੌਣ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ? ਮੈਂ ਮੀਡੀਆ ਨੂੰ ਨਹੀਂ, ਮੈਂ ਸਿਰਫ ਇੱਕ ਗੱਲ ਕਹਿੰਦੀ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ। ਅਸੀਂ ਕਿਸੇ ਅੱਛੀ ਦੁਕਾਨ 'ਤੇ ਚੜ੍ਹਦੇ ਹਾਂ, ਪੇ ਕਰਦੇ ਹਾਂ, ਕਿਉਂ? ਕਿਉਂਕਿ ਸਾਨੂੰ ਪਤਾ ਅਸੀਂ ਸੇਫ ਹਾਂ, ਇੱਥੇ ਅੱਛਾ ਮਿਲੂਗਾ। ਮੈਂ ਲੜਕਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਰਿਕੁਐਸਟ ਕੀਤੀ, ਮੈਂ ਕਿਹਾ ਬੇਟਾ ਚੈੱਕ ਕਰ ਲਈ। ਮੈਂ ਸਰ ਡੈਫੀਨੇਟਲੀ ਅੱਗੇ ਫਾਰਵਰਡ ਕੁਛ ਨਾ ਕੁਛ ਤਾਂ ਕਰਾਂਗੀ, ਇੱਦਾਂ ਨਹੀਂ, ਇੱਦਾਂ ਤਾਂ ਮੁਸ਼ਕਿਲ ਹੈ ਸਰ। ਓਨਰ ਹੁਣ ਆ ਰਹੇ ਨੇ, ਜਦੋਂ ਇਹ ਸਭ ਕੁਛ ਹੋ ਚੁੱਕਾ ਉਦੋਂ ਓਨਰ ਆ ਰਹੇ ਨੇ। ਕਿਉਂ? ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ, ਅਸੀਂ ਕਾਮਨ ਪੀਪਲ ਹਾਂ, ਮਿਡਲ ਕਲਾਸ ਹਾਂ, ਅਤੇ ਕੀ ਗੱਲ, ਅਸੀਂ ਜ਼ਿੰਦਗੀ ਜਿਹੜੀ ਹੈ ਸਾਡੀ ਇੰਪੋਰਟੈਂਟ ਨਹੀਂ ਹੈ, ਰਾਈਟ? ਹੁਣ ਕੋਈ ਵੀ ਚੀਜ਼ ਉਹ ਬਾਅਦ 'ਚ ਦੇਖੀ ਜਾਏਗੀ ਸਰ, ਪਹਿਲਾਂ ਮੇਰੀ ਕੰਪਲੇਂਟ ਜਿਹੜੀ ਹੈ, ਕਿਉਂਕਿ ਉਹ ਕੰਪਲੇਂਟ, ਮੈਂ ਡਾਇਬਟਿਕ ਹਾਂ, ਮੈਂ ਮਿਠਾਈ ਖਾਣੀ ਨਹੀਂ, ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਰਿਲੇਟਡ, ਇੱਕ ਮਾਂ ਸਭ ਕੁਝ ਕਰ ਸਕਦੀ ਹੈ। ਸਰ ਸ਼ੀ ਇਜ਼ ਓਨਲੀ 3 ਈਅਰਸ ਓਲਡ, ਉਹਨੂੰ ਤਾਂ ਪਤਾ ਵੀ ਨਹੀਂ, ਉਹ ਤਾਂ ਚਾਹੇ ਫੰਗਸ ਵਾਲੀ ਮਿਠਾਈ ਉਹ ਖਾ ਲੈਂਦੀ, ਉਹਨੂੰ ਤਾਂ ਇਹ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ। ਅਗਰ ਮਾਂ ਨਾ ਦੇਖੇ ਤਾਂ ਕੀ ਪਤਾ ਲੱਗੇਗਾ ਉਹਨੂੰ, ਦੱਸੋ। ਮਹਿਲਾ ਦਾ ਇਲਜ਼ਾਮ ਹੈ ਕਿ ਉਹਨਾਂ ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਗਿਆ, ਪਰ ਜਦੋਂ ਇਸ ਸੰਬੰਧੀ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਪਹਿਲਾਂ ਟਾਲਮਟੋਲ ਕਰਦੇ ਨਜ਼ਰ ਆਏ, ਪਰ ਬਾਅਦ 'ਚ ਉਹਨਾਂ ਕਿਹਾ ਕਿ ਇਹ ਉੱਲੀ ਗਰਮੀ ਕਾਰਨ ਲੱਗੀ ਹੈ। ਹਾਲਾਂਕਿ ਇੱਥੇ ਇਹ ਵੀ ਦੱਸ ਦਈਏ ਕਿ ਮਹਿਲਾ ਵੱਲੋਂ ਮਹਿਜ 2-3 ਘੰਟੇ ਪਹਿਲਾਂ ਹੀ ਇਹ ਮਿਠਾਈ ਲਈ ਗਈ ਸੀ, ਪਰ ਦੁਕਾਨਦਾਰ ਦਾ ਤਰਕ ਹੈ ਕਿ 2-3 ਘੰਟੇ ਵਿੱਚ ਹੀ ਗਰਮੀ ਕਾਰਨ ਇਸ ਮਠਿਆਈ ਨੂੰ ਉੱਲੀ ਲੱਗ ਚੁੱਕੀ ਹੈ। ਮੈਂ ਇਹ ਨਹੀਂ ਕਹਿ ਰਿਹਾ, ਹੁਣ ਦੇਖੋ ਜੀ ਮੋਤੀਚੂਰ ਲੈ ਗਏ ਆ, ਉਹ ਠੀਕ ਹੈ, ਹੁਣ ਇਹ ਕਿ ਇਹ ਆਈਟਮ ਹੈਗੀ ਫਰਿੱਜ 'ਚ ਰੱਖਣ ਵਾਲੀ, ਉੱਤੋਂ ਹਿਊਮਿਡਿਟੀ ਵਾਲਾ ਮੌਸਮ ਆ, ਬਰਸਾਤ ਵਾਲਾ, ਜਾਂ ਫਰਿੱਜ 'ਚ ਨਹੀਂ ਰੱਖੀ ਗਈ, ਇਸ ਕਰਕੇ ਉਹਦੇ 'ਚ ਆ ਗਈ ਹੈ। ਹੋਰ ਬਾਕੀ ਤਾਂ ਸਾਡੀ ਕੋਈ, ਬਾਕੀ ਵੀ ਸਵੇਰ ਦੀ ਵੇਚੀ ਹੈ, ਅਸੀਂ ਕੱਲ੍ਹ ਵੀ ਵੇਚੀ ਹੈ, ਕੋਈ ਕਿਸੇ ਦੀ ਕੰਪਲੇਂਟ ਨਹੀਂ ਆਈ। ਹਾਂਜੀ, ਸਰ ਹੁਮਸ ਦੇਖੋ ਨਾ ਕਿੰਨਾ, ਮੈਂ ਬਾਹਰ ਨਿਕਲ, ਹਾਂ ਕਹਿੰਦੀ ਠੀਕ ਰਹਿੰਦੀ ਹੈ, ਸਭ ਤੋਂ ਠੀਕ ਰਹਿੰਦੀ ਹੈ, ਨਾਲੇ ਉਹਨਾਂ ਦਾ ਕਹਿਣਾ ਕਿ ਮਿਠਾਈ ਹੋਰ ਲਿੱਤੀ ਤੇ ਬਿੱਲ ਹੋਰ ਕਿਸੇ, ਬਿੱਲ ਪਹਿਲੇ ਹੋਰ ਦਿੱਤੇ, ਉਹ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫੜਾਇਆ ਗਿਆ ਵੈ, ਉਹ ਚੱਕਰ ਕੋਈ ਨਹੀਂ, ਜਿਹੜੇ ਕਸਟਮਰ 2-3 ਇਕੱਠੀ ਖੜੇ ਹੁੰਦੇ ਆ, ਉਹਨੇ ਆਉਂ ਫੜਾਇਆ ਜਾਂ ਕਿਸੇ ਦੇ ਪੈਸੇ ਦੇਣ ਲੱਗਿਆ, ਇੱਧਰ ਦਾ ਇੱਧਰ ਫੜਾਇਆ ਗਿਆ, ਬਿੱਲ ਦੀ ਕੋਈ ਇਸ਼ੂ ਨਹੀਂ, ਉਹ ਬਿੱਲ ਤਾਂ ਦੁਬਾਰਾ ਵੀ ਆਪਾਂ ਹੁਣ ਵੀ ਤੁਹਾਨੂੰ ਦੇ ਦਾਂਗੇ, ਨਹੀਂ ਮਿਠਾਈ ਨਹੀਂ ਸਾਡੀ ਫੰਗਸ ਵਾਲੀ ਉਸਦੀ, ਉਹਨਾਂ ਨੇ ਫਰਿੱਜ 'ਚ ਨਹੀਂ ਰੱਖੀ ਗਈ ਉਹਨਾਂ ਕੋਲ, ਜਾਂ ਲੇਟ ਰੱਖੀ ਗਈ ਹੈ, ਜਾਂ ਕੀ ਹੋਇਆ ਉਸ ਕਰਕੇ ਆ ਗਈ ਹੈ, ਜਿਹੜੀ ਮੋਤੀ ਚੂਰਾ ਉਹਨੂੰ ਕੁਛ ਨਹੀਂ ਹੋਇਆ, ਉਹ ਠੀਕ ਹੈ, ਕਿਉਂਕਿ ਜਿਹੜੀ ਫਰਿੱਜ 'ਚ ਰੱਖਣ ਵਾਲੀ ਨਾ ਆਈਟਮ ਹੈਗੀ, ਉਹ ਠੀਕ ਹੈ, ਉਹ ਠੀਕ ਰਹੇਗੀ। ਦੇਖੋ ਜੀ, ਮੈਂ ਵੀ ਫੈਮਿਲੀ ਵਾਲਾ ਵਾਂ, ਸਾਡੇ ਵੀ ਬੱਚੇ ਆ, ਮੈਮ ਅੱਗੇ ਵੀ ਸਾਡੇ ਕੋਲ ਆਉਂਦੇ ਨੇ, ਕੋਈ ਐਸੀ ਗੱਲ ਨਹੀਂ ਕਿ ਉਹਨਾਂ ਨੂੰ ਪੁੱਛ ਲਓ ਕਦੀ ਕੋਈ ਕੰਪਲੇਂਟ ਜਾਂ ਕੁਛ ਵੀ ਹੈ ਕਿ ਅੱਗੇ ਤੋਂ ਕਦੀ ਵੀ ਹੋਇਆ ਹੋਵੇ, ਕੰਪਰੋਮਾਈਜ਼ ਵਾਸਤੇ ਕਿਹਾ ਜਾ ਰਿਹਾ ਜੀ, ਨਹੀਂ ਕੰਪਰੋਮਾਈਜ਼ ਨਹੀਂ, ਅਸੀਂ ਤਾਂ ਮਾਫ਼ੀ ਮੰਗੀ ਸੀ ਉਹਨਾਂ ਕੋਲੋਂ,
ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹਦਾ ਅਸੀਂ ਮਾਫ਼ੀ ਮੰਗ ਲੈਂਦੇ ਹਾਂ। ਉਧਰ ਪੀੜਤ ਮਹਿਲਾ ਨੇ ਇਸ ਸਭ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕਰਨ ਦਾ ਐਲਾਨ ਕੀਤਾ। ਮਹਿਲਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕਰਨਗੇ ਅਤੇ ਇਸ ਦੁਕਾਨਦਾਰ ਨੂੰ ਚੰਗਾ ਸਬਕ ਸਿਖਾ ਕੇ ਰਹਿਣਗੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ ਟੀਵੀ।